ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਾਉ ਤੋ ਪ੍ਰੇਮ ਖੇਲਨ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਜੁਗੋ ਜੁਗ ਅਟਲ ਸਤਿਗੁਰੂ ਗਰੀਬ ਨਿਵਾਜ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਪਹਿਲੇ ਜਥੇਦਾਰ ਤਰਨਾ ਦਲ ਸ਼ਹੀਦੀ ਮਿਸਲ ਦੇ ਪਹਿਲੇ ਜਥੇਦਾਰ ਮਹਾਂਪੁਰਖ ਅਮਰ ਸ਼ਹੀਦ ਬ੍ਰਹਮ ਗਿਆਨੀ ਸਿੰਘ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਉਹਨਾਂ ਦੇ ਸ਼ਹੀਦੀ ਜੋੜ ਮੇਲਿਆਂ ਦੇ ਸਮਾਗਮਾਂ 'ਤੇ ਹਾਜ਼ਰੀਆਂ ਭਰ ਰਹੇ ਹਾਂ। ਸਾਡੇ ਪਾਵਨ ਪਵਿੱਤਰ ਇਤਿਹਾਸ ਦੇ ਬੜੇ ਸੁੰਦਰ ਬਚਨ ਹਨ, ਸੀਸ ਸੁਧਾ ਸਰ ਹੇਤ ਕਰ ਦੇਵਹੰਗੇ ਹਮ ਜਾਏ ਕਰ ਅਰਦਾਸਾ ਟੁਰ ਪਏ ਸਿੰਘ ਦੀ ਫਤਿਹ ਗਜਾਏ। ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ, ਸੁਧਾ ਸਰ ਨਾਮ ਅੰਮ੍ਰਿਤ ਸਰੋਵਰ ਦਾ ਹੈ। ਸੰਸਾਰ ਵਿੱਚ ਇੱਕੋ ਇੱਕ ਅੰਮ੍ਰਿਤ ਦਾ ਸਰੋਵਰ ਹੈ, ਜਿਸ ਅੰਮ੍ਰਿਤ ਸਰੋਵਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਕਹਿ ਕੇ ਸਤਿਗੁਰੂ ਮਹਾਰਾਜ ਜੀ ਨੇ ਪਾਵਨ ਪਵਿੱਤਰ ਸਨਮਾਨ ਬਖਸ਼ਿਸ਼ ਕੀਤਾ। ਜੋ ਅੰਮ੍ਰਿਤ ਸਰੋਵਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਇਰਦ ਗਿਰਦ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਭਾਇਮਾਨ ਕੀਤਾ, ਉਸ ਅੰਮ੍ਰਿਤ ਸਰੋਵਰ ਦੀ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਜ਼ਾਲਮਾਂ ਤੋਂ ਰੱਖਿਆ ਕਰਨ ਵਾਸਤੇ
ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਕਮਰ ਕਸੇ ਕੀਤੇ ਹਨ। ਉਹਨਾਂ ਨੂੰ ਇਹ ਵਰਦਾਨ ਵੀ ਸੀ ਕਲਗੀਆਂ ਵਾਲੇ ਚੋਡੀ ਪ੍ਰੀਤਮ ਸਤਿਗੁਰੂ ਸਰਬੰਸ ਦਾਨੀ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕਿ ਜੇ ਕਿਤੇ ਧਰਮ ਦੀ ਖਾਤਰ ਤੁਹਾਡਾ ਸੀਸ ਧੰਨ ਨਾਲੋਂ ਵੱਖ ਵੀ ਹੋ ਜਾਏ, ਜਿਹੜਾ ਬ੍ਰਹਮ ਗਿਆਨ ਦਾ ਤੁਹਾਨੂੰ ਆਨੰਦ ਹੈ, ਜਿਹੜਾ ਇਹ ਰਸ ਹੈ, ਜਿਹੜੀ ਇਹ ਅਵਸਥਾ ਨੌ ਮਹੀਨੇ ਨੌ ਦਿਨ ਨੌ ਘੜੀਆਂ ਨੌ ਪਲਾਂ ਦੇ ਸਮੇਂ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਦਾਤ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਪ੍ਰਾਪਤ ਹੋਈ ਔਰ ਸੰਪੂਰਨ ਗੁਰਬਾਣੀ ਦੇ ਅਰਥ ਵੀ ਦਸਮ ਪਿਤਾ ਜੀ ਨੇ ਆਪਣੀ ਪਵਿੱਤਰ ਰਸਨਾ ਤੋਂ ਸਰਵਣ ਕਰਵਾਏ। 48 ਸਿੰਘਾਂ ਦੀ ਝੋਲੀ ਵਿੱਚ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਗੁਰਬਾਣੀ ਦੇ ਪਵਿੱਤਰ ਸ਼ੁੱਧ ਅਰਥਾਂ ਦੀ ਦਾਤ ਪਾਈ। ਉਸ ਪਾਵਨ ਪਵਿੱਤਰ ਗੁਰਬਾਣੀ ਦੀ ਬਖਸ਼ਿਸ਼ ਔਰ ਰਹਿਮਤ ਦੁਆਰਾ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨ ਪਵਿੱਤਰ ਨਦਰ ਦੀ ਕਿਰਪਾ ਦੁਆਰਾ ਜਿਹੜਾ ਬ੍ਰਹਮ ਗਿਆਨ ਬਾਬਾ ਜੀ ਨੂੰ ਪ੍ਰਾਪਤ ਹੋਇਆ, ਉਸ ਬ੍ਰਹਮ ਗਿਆਨ ਦੀ ਦਾਤ ਬਾਬਤ ਸਤਿਗੁਰਾਂ ਦੇ ਬਚਨ ਸਨ ਕਿ ਗੁਰਬਾਣੀ ਦੀਆਂ ਜਿਹੜੀਆਂ ਪੰਕਤੀਆਂ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਕੀਤੀਆਂ ਹਨ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇਹ ਪੰਕਤੀਆਂ ਨੂੰ ਸੰਸਾਰ ਵਿੱਚ ਇੱਕ ਦਿਨ ਜੇ ਕੋਈ ਸਾਕਾਰ ਰੂਪ ਵਿੱਚ ਪ੍ਰਤੱਖ ਰੂਪ ਦੇ ਵਿੱਚ ਇਸ ਗੁਰਬਾਣੀ ਦੀ ਕ੍ਰਿਸ਼ਮਈ ਤਾਕਤ ਨੂੰ ਸ਼ਕਤੀ ਨੂੰ ਦੁਨੀਆਂ ਦੇ ਸਾਹਮਣੇ ਦਿਖਾਵੇਗਾ, ਉਹ ਸੇਵਾ ਅਸੀਂ ਤੁਹਾਡੇ ਕੋਲੋਂ ਲਵਾਂਗੇ। ਔਰ ਉਹ ਸੇਵਾ ਲੈਣ ਵਕਤ ਵੀ ਜਦੋਂ ਧੰਨ ਨਾਲੋਂ ਸੀਸ ਵੱਖ ਵੀ ਹੋ ਜਾਏਗਾ, ਉਹ ਬ੍ਰਹਮ ਗਿਆਨ ਦੀ ਅਵਸਥਾ, ਉਹ ਬ੍ਰਹਮ ਗਿਆਨ ਦਾ ਰਸ, ਉਹ ਬ੍ਰਹਮ ਗਿਆਨ ਦਾ ਆਨੰਦ ਵੀ ਤੁਹਾਡਾ ਅਖੀਰਲੇ ਦਮ ਤੱਕ ਸਦਾ ਵਾਸਤੇ ਬਣਿਆ ਰਹੇਗਾ। ਸੋ ਸਾਧ ਸੰਗਤ ਜੀ, ਅੱਜ ਦੇ ਦਿਨ ਲੱਖਾਂ ਦੀ ਫੌਜ ਦਾ ਘੇਰਾ ਪਿਆ ਹੋਇਆ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ, ਮਹਾਂਪੁਰਖ ਦਮਦਮੀ ਟਕਸਾਲ ਦੇ ਬਾਰਵੇਂ ਮੁਖੀ ਸੱਠਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਆਪਣੀ ਪਵਿੱਤਰ ਕਲਮ ਦੁਆਰਾ ਜੋ ਉਹ ਸਮੇਂ ਦਾ ਇੱਥੋਂ ਲੈ ਕੇ ਹਰਿਮੰਦਰ ਸਾਹਿਬ ਤੱਕ ਦੀ ਮਿਣਤੀ ਦੱਸੀ ਹੈ, ਉਹ ਪੁਰਾਣੇ ਤਿੰਨ ਕੋਹ ਬਣਦੇ ਹੈ। ਤਿੰਨ ਕੋਹ ਦਾ ਪੈਂਡਾ ਪੁਰਾਣੇ ਸਮਿਆਂ ਮੁਤਾਬਕ ਜਦੋਂ ਬਾਬਾ ਜੀ ਦੀ ਸ਼ਹਾਦਤ ਹੋਈ ਉਦੋਂ ਕੋਹ ਚੱਲਿਆ ਕਰਦੇ ਸਨ।
ਔਰ ਮੀਲਾਂ ਦਾ ਪਿੰਡਾ ਬਾਅਦ ਦੇ ਵਿੱਚ ਫਿਰ ਕਿਲੋਮੀਟਰਾਂ ਦੀ ਮਿਣਤੀ ਬਣੀ ਹੈ ਔਰ ਤਿੰਨ ਕੋਹ ਦਾ ਪਿੰਡਾ ਜਿਹੜਾ ਇੱਥੋਂ ਲੈ ਕੇ 7-8 ਕਿਲੋਮੀਟਰ ਦਾ ਜਿੰਨਾ ਵੀ ਪੰਧ ਹੈ ਇੱਥੋਂ ਲੈ ਕੇ ਬਲਕਿ ਪਿੱਛੋਂ ਹੀ ਗੋਹਲਵੜ ਔਰ ਚੱਬੇ ਦੇ ਮੈਦਾਨ ਤੋਂ ਲੈ ਕੇ ਇਹ 5-6 ਕੋਹ ਦਾ ਜਿੰਨਾ ਪਿੰਡਾ ਸੀ ਔਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਇਰਦ ਗਿਰਦ ਜਿੰਨਾ 6-6 ਕੋਹ ਦਾ ਇਲਾਕਾ ਸੀ ਇਹ ਸਮੇਂ ਦੀਆਂ ਜ਼ਾਲਮ ਫੌਜਾਂ ਨੇ ਛਾਉਣੀ ਦਾ ਰੂਪ ਬਣਾ ਕੇ ਰੱਖਿਆ ਹੋਇਆ ਸੀ ਔਰ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਦੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਤੋਂ ਤੁਰੇ ਤਾਂ ਉਹਨਾਂ ਨਾਲ ਕੇਵਲ 500 ਸਿੰਘਾਂ ਦਾ ਜਥਾ ਸੀ ਔਰ ਸਾਧ ਸੰਗਤ ਜੀ ਬਾਬਾ ਜੀ ਨੂੰ ਕਿੰਨਾ ਵੱਡਾ ਮਾਣ ਮੇਰੇ ਸਤਿਗੁਰੂ ਨੇ ਬਖਸ਼ਿਆ 1706 ਈਸਵੀ ਵਿੱਚ 23 ਸਾਵਣ 1706 ਈਸਵੀ ਨੂੰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਅਰਥ ਅਤੇ ਪਾਠ ਸੰਪੂਰਨ ਹੋਏ ਔਰ ਪਹਿਲਾ ਸ੍ਰੀ ਅਖੰਡ ਪਾਠ ਸਾਹਿਬ ਦਸਮ ਪਾਤਸ਼ਾਹ ਜੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਆਪਣੀ ਮੌਜੂਦਗੀ ਵਿੱਚ 25 ਸਿੰਘਾਂ ਨੂੰ ਸੇਵਾ ਵਿੱਚ ਲਾ ਕੇ ਅਖੰਡ ਪਾਠ ਸਾਹਿਬ ਕਰਵਾਇਆ ਔਰ ਆਪ ਇੱਕ ਚੌਂਕੜੇ ਬੈਠ ਕੇ ਸੰਪੂਰਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਗੁਰਬਾਣੀ ਸੁਣੀ ਉਸ ਸਮੇਂ ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਧੰਨ ਬਾਬਾ ਦੀਪ ਸਿੰਘ ਜੀ ਔਰ ਧੰਨ ਭਾਈ ਮਨੀ ਸਿੰਘ ਜੀ ਤੇ ਬਖਸ਼ਿਸ਼ਾਂ ਕੀਤੀਆਂ ਸਨ ਕਿ ਜੋ ਗੁਰਬਾਣੀ ਦਾ ਖਜ਼ਾਨਾ ਅਤੇ ਸ਼ੁੱਧ ਉਚਾਰਨ ਤੁਹਾਨੂੰ ਅਰਥ ਬੋਧ ਦਾ ਬਖਸ਼ਿਸ਼ ਹੋਇਆ ਹੈ ਇਹ ਸਾਡੇ ਖਾਲਸੇ ਵਿੱਚ ਅੱਗੇ ਪ੍ਰਚਲਿਤ ਕਰਨ ਦੀ ਤੁਹਾਡੀ ਸੇਵਾ ਹੈ। ਸ਼ਹੀਦ ਧੰਨ ਭਾਈ ਮਨੀ ਸਿੰਘ ਜੀ ਨੂੰ ਆਗਿਆ ਹੋਈ ਕਿ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਹਿ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮੁੱਖ ਗ੍ਰੰਥੀ ਜਿਸ ਨੂੰ ਅੱਜ ਕੱਲ੍ਹ ਆਪਾਂ ਹੈੱਡ ਗ੍ਰੰਥੀ ਦੀ ਸੇਵਾ ਦੇ ਨਾਮ ਨਾਲ ਜਾਣਦੇ ਹਾਂ ਉਹ ਸੇਵਾ ਵੀ ਨਾਲ ਨਾਲ ਨਿਭਾਉਣੀ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ ਅਤੇ ਸੁਖਾਸਨ ਦੀ ਸੇਵਾ ਵੀ ਔਰ ਗੁਰਬਾਣੀ ਦੀ ਕਥਾ ਵੀ। ਸਾਧ ਸੰਗਤ ਜੀ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਅੰਮ੍ਰਿਤ ਵੇਲੇ ਗੁਰਬਾਣੀ ਦੀ ਕਥਾ ਦਮਦਮੀ ਟਕਸਾਲ ਦੇ 6ਵੇਂ ਮੁਖੀ ਮਹਾਂਪੁਰਖ ਭਾਈ ਸੰਤ ਸਿੰਘ ਜੀ ਦੇ ਸਮੇਂ ਤੱਕ ਹੁੰਦੀ ਆਈ ਹੈ ਇਹ ਸਾਡੇ ਇਤਿਹਾਸ ਵਿੱਚ ਜ਼ਿਕਰ ਹੈ। ਧੰਨ ਭਾਈ ਗੁਰਦਾਸ ਜੀ ਨੇ ਸਭ ਤੋਂ ਪਹਿਲਾਂ ਧੰਨ ਗੁਰੂ ਅਰਜਨ ਦੇਵ ਜੀ ਦੀ ਆਗਿਆ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਸ੍ਰੀ ਮੁਖ ਵਾਕ ਦੀ ਕਥਾ ਸੰਗਤਾਂ ਨੂੰ ਸਰਵਣ ਕਰਵਾਉਣੀ ਔਰ ਗੁਰਬਾਣੀ ਦੀ ਕਥਾ ਸਰਵਣ ਕਰਵਾਉਣੀ। ਕੁਝ ਸਮਾਂ ਧੰਨ ਬਾਬਾ ਬੁੱਢਾ ਸਾਹਿਬ ਜੀ ਵੀ ਇਹ ਸੇਵਾ ਨਿਭਾਉਂਦੇ ਰਹੇ ਫਿਰ ਸਮੇਂ ਸਮੇਂ ਗੁਰਸਿੱਖ ਇਹ ਸੇਵਾ ਕਰਦੇ ਰਹੇ ਔਰ ਧੰਨ ਭਾਈ ਮਨੀ ਸਿੰਘ ਜੀ ਨੇ ਵੀ ਇਹ ਸਾਰੀ ਸੇਵਾ ਨਿਭਾਈ ਔਰ ਦਮਦਮੀ ਟਕਸਾਲ ਦੇ 6ਵੇਂ ਮੁਖੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਹੈੱਡ ਗ੍ਰੰਥੀ ਜਿਨ੍ਹਾਂ ਨੇ ਖਾਲਸਾ ਰਾਜ ਦੇ ਸਮੇਂ ਇਹ ਸਾਰੀਆਂ ਸੇਵਾਵਾਂ ਨਿਭਾਈਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪ੍ਰੇਰਣਾ ਦੇ ਕੇ ਸੋਨੇ ਦੀ ਸੇਵਾ ਕਰਵਾਈ ਉਹ ਵੀ ਹਰਿਮੰਦਰ ਸਾਹਿਬ ਦੇ ਅੰਦਰ ਹੀ ਸ੍ਰੀ ਮੁਖ ਵਾਕ ਦੀ ਤੇ ਲੜੀਵਾਰ ਕਥਾ ਗੁਰਬਾਣੀ ਦੀ
ਸੰਗਤ ਨੂੰ ਸਰਵਣ ਕਰਵਾਉਂਦੇ ਰਹੇ। ਬਾਅਦ ਦੇ ਵਿੱਚ ਫਿਰ ਸੰਗਤਾਂ ਨੇ ਔਰ ਪੰਥ ਨੇ ਮਿਲ ਬੈਠ ਕੇ ਵਿਚਾਰ ਕਰਕੇ ਇਹ ਕਥਾ ਕਰਨ ਦਾ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਨਿਸ਼ਚਿਤ ਕੀਤਾ ਗਿਆ। ਸੋ ਕਹਿਣ ਤੋਂ ਭਾਵ ਧੰਨ ਭਾਈ ਮਨੀ ਸਿੰਘ ਜੀ, ਉਹ ਗੁਰਬਾਣੀ ਦੀ ਕਥਾ ਹਰਿਮੰਦਰ ਸਾਹਿਬ ਸੰਗਤਾਂ ਨੂੰ ਆਪਣੇ ਮੁਖਾਰ ਬਿੰਦ ਤੋਂ ਸੁਣਾਇਆ ਕਰਦੇ ਔਰ ਸਿੰਘਾਂ ਨੂੰ ਗੁਰਬਾਣੀ ਦੇ ਅਰਥ ਅਤੇ ਸ਼ੁੱਧ ਉਚਾਰਨ ਦੀ ਸੰਥਿਆ ਦਿਆ ਕਰਦੇ ਸਨ। ਇਹ ਸੇਵਾ ਅੰਮ੍ਰਿਤਸਰ ਸਾਹਿਬ ਦੀ ਟਕਸਾਲ ਚਲਾਉਣ ਦੀ, ਗੁਰਬਾਣੀ ਦੇ ਅਰਥਾਂ ਦੀ ਔਰ ਸ਼ੁੱਧ ਉਚਾਰਨ ਦੀ ਸੇਵਾ ਧੰਨ ਭਾਈ ਮਨੀ ਸਿੰਘ ਜੀ ਨੂੰ ਬਖਸ਼ਿਸ਼ ਹੋਈ ਔਰ ਦਮਦਮੀ ਟਕਸਾਲ ਦੀ ਸਥਾਪਨਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1706 ਈਸਵੀ ਦੇ ਵਿੱਚ 23 ਸਾਵਣ 1706 ਈਸਵੀ ਔਰ 1723 ਬਿਕਰਮੀ ਸੰਮਤ ਨੂੰ ਆਪ ਸਾਹਿਬਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਨਾਮ ਤੇ ਗੁਰਬਾਣੀ ਦੇ ਸ਼ੁੱਧ ਪਾਠ ਅਤੇ ਅਰਥਾਂ ਦਾ ਸੰਗਤ ਦੇ ਵਿੱਚ ਪਰੰਪਰਾ ਅਨੁਸਾਰ ਸਤਿਗੁਰੂ ਜੀ ਨੇ ਇਸ ਪਰੰਪਰਾ ਨੂੰ ਜਾਰੀ ਰੱਖਣ ਵਾਸਤੇ ਪੰਥ ਦੀਆਂ ਸੇਵਾਵਾਂ ਕਰਨ ਵਾਸਤੇ ਦਮਦਮੀ ਟਕਸਾਲ ਦੀ ਸਥਾਪਨਾ ਕੀਤੀ ਔਰ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਨਾਮ ਤੇ ਇਸ ਦਾ ਨਾਮ ਦਮਦਮੀ ਟਕਸਾਲ ਰੱਖਿਆ ਗਿਆ। ਸਾਡੇ ਪੁਰਾਣੇ ਇਤਿਹਾਸਕ ਸਰੋਤਾਂ ਦੇ ਅੰਦਰ ਇਸ ਦਮਦਮੀ ਟਕਸਾਲ ਸੰਸਥਾ ਨੂੰ ਟਕਸਾਲ ਸ੍ਰੀ ਦਮਦਮਾ ਸਾਹਿਬ ਕਰਕੇ ਵੀ ਲਿਖਿਆ ਮਿਲਦਾ ਹੈ ਔਰ ਜਿਹੜੀ ਅੰਮ੍ਰਿਤਸਰ ਸਾਹਿਬ ਵਿਖੇ ਅਰਥਾਂ ਦੀ ਟਕਸਾਲ ਭਾਈ ਮਨੀ ਸਿੰਘ ਜੀ ਨੇ ਚਲਾਈ ਉਸ ਨੂੰ ਸੰਪਰਦਾਇ ਗਿਆਨੀਆਂ ਕਰਕੇ ਵੀ ਜ਼ਿਕਰ ਆਉਂਦਾ ਹੈ। ਵੈਸੇ ਇੱਕੋ ਹੀ ਗੱਲ ਹੈ। ਸੋ ਕਹਿਣ ਤੋਂ ਭਾਵ ਜਿਹੜੀ ਸੰਸਥਾ ਹੁੰਦੀ ਹੈ, ਜਥੇਬੰਦੀ ਹੁੰਦੀ ਹੈ, ਜਿਵੇਂ ਖਾਲਸਾ ਇੱਕ ਜਥੇਬੰਦੀ ਹੈ, ਸਿੱਖ ਪੰਥ ਇੱਕ ਜਥੇਬੰਦੀ ਹੈ। ਸਿੱਖ ਪੰਥ ਦੀ ਸਥਾਪਨਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ। ਖਾਲਸਾ ਪੰਥ ਦੀ ਇਸ ਜਥੇਬੰਦੀ ਦੀ ਸਥਾਪਨਾ ਦਸਮ ਪਿਤਾ ਜੀ ਨੇ ਕੀਤੀ ਹੈ। ਆਪਾਂ ਨੂੰ ਖਾਲਸਾ ਬਣਾਇਆ, ਖਾਲਸਾ ਜਥੇਬੰਦੀ ਸਤਿਗੁਰੂ ਜੀ ਨੇ ਆਪ ਸਥਾਪਿਤ ਕੀਤੀ ਹੈ। ਇਵੇਂ ਸਾਧ ਸੰਗਤ ਜੀ ਦਮਦਮੀ ਟਕਸਾਲ ਸੰਸਥਾ ਵੀ ਕਲਗੀਧਰ ਜੀ ਨੇ ਆਪ ਸਥਾਪਿਤ ਕੀਤੀ ਹੈ। ਸੰਪਰਦਾਇ ਜਿਹੜਾ ਸ਼ਬਦ ਹੈ ਨਾ, ਇਹ ਕਿਸੇ ਮਹਾਂਪੁਰਖਾਂ ਦੀ ਗੁਰਸਿੱਖਾਂ ਦੀ ਘਾਲਣਾ ਕਰਕੇ ਅੱਗੇ ਤੋਂ ਅੱਗੇ ਪ੍ਰਚਲਿਤ ਹੋ ਜਾਇਆ ਕਰਦਾ ਹੈ। ਜਿਵੇਂ ਆਪਾਂ ਸੰਪਰਦਾਇ ਨਾਨਕ ਸਰ ਕਲੇਰਾਂ, ਮਹਾਂਪੁਰਖ ਸੰਤ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲਿਆਂ ਨੇ ਉੱਥੇ ਮਹਾਨ ਸਤਿਗੁਰੂ ਜੀ ਦੀਆਂ ਸੇਵਾਵਾਂ ਕੀਤੀਆਂ, ਜਪ ਤਪ ਕੀਤਾ, ਘਾਲਣਾ ਘਾਲੀ ਔਰ ਅੱਠੇ ਪੈਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਸਮਰਪਿਤ ਹੋਏ ਤੇ ਜਿਸ ਤੋਂ ਸੰਪਰਦਾਇ ਨਾਨਕ ਸਰ ਕਲੇਰਾਂ ਦਾ ਨਾਮ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋਇਆ। ਮੈਂ ਇਸ ਪਾਸੇ ਨਹੀਂ ਜਾਣਾ ਚਾਹੁੰਦਾ, ਬਹੁਤ ਵਿਸਥਾਰ ਹੋ ਜਾਏਗਾ। ਵਾਸਤਵ ਦੇ ਵਿੱਚ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਨੇ ਵੀ ਜੋ ਗੁਰਬਾਣੀ ਦਾ ਸ਼ੁੱਧ ਉਚਾਰਨ ਉਹ ਵੀ ਦਮਦਮੀ ਟਕਸਾਲ ਦੇ ਮਹਾਂਪੁਰਖਾਂ ਤੋਂ ਹੀ ਪ੍ਰਾਪਤ ਕੀਤਾ ਸੀ। ਸੰਤ ਬਾਬਾ ਵਧਾਵਾ ਸਿੰਘ ਜੀ ਮਹਾਂਪੁਰਖ ਹੋਏ ਔਰ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਕਈ ਵਾਰੀ ਨਾਲ ਦੇ
ਸਿੰਘਾਂ ਨੂੰ ਬਚਨ ਕਰਿਆ ਕਰਦੇ, ਕਹਿੰਦੇ ਭਾਈ ਅਸੀਂ ਦਮਦਮੀਏ ਸਿੱਖ ਹੈ, ਸਤਿਗੁਰੂ ਕਲਗੀਧਰ ਦੇ, ਸਾਨੂੰ ਉੱਥੋਂ ਇਹ ਦਾਤਾਂ ਪ੍ਰਾਪਤ ਹੋਈਆਂ ਹਨ ਗੁਰਬਾਣੀ ਦੇ ਸ਼ੁੱਧ ਉਚਾਰਨ ਦੀਆਂ। ਸੋ ਸਾਧ ਸੰਗਤ ਜੀ, ਇਹ ਜਿਹੜੀ ਸੰਸਥਾ ਜਥੇਬੰਦੀ ਹੈ, ਇਸ ਦੀ ਦਮਦਮੀ ਟਕਸਾਲ ਦੀ ਸਥਾਪਨਾ ਸਾਹਿਬਾਂ ਨੇ 1706 ਵਿੱਚ ਕੀਤੀ, ਔਰ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਨੂੰ ਥਾਪਿਆ, ਔਰ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਪਹਿਲੇ ਜਥੇਦਾਰ ਵੀ ਬਾਬਾ ਜੀ ਨੂੰ ਥਾਪਿਆ। ਔਰ ਧੰਨ ਬਾਬਾ ਦੀਪ ਸਿੰਘ ਜੀ ਨੂੰ ਇਹ ਮਾਣ ਪ੍ਰਾਪਤ ਹੈ, ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ 1708 ਦੇ ਵਿੱਚ 1765 ਸੰਮਤ ਵਿੱਚ ਕੱਤਕ ਸੁਦੀ ਦੂਜ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਸਿੰਘਾਸਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਬਖਸ਼ਿਸ਼ ਹੋਇਆ, ਜਿਨ੍ਹਾਂ ਪੰਜ ਸਿੰਘਾਂ ਨੂੰ ਤਾਬਿਆਂ ਵਿੱਚ ਖੜੇ ਕੀਤਾ ਗਿਆ, ਉਹਨਾਂ ਵਿੱਚ ਪਿਆਰੇ ਧਰਮ ਸਿੰਘ ਜੀ, ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ, ਭਾਈ ਸੰਤੋਖ ਸਿੰਘ ਜੀ ਜੋ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਦੇ ਪਹਿਲੇ ਹੈੱਡ ਪੁਜਾਰੀ ਜਥੇਦਾਰ ਸਾਹਿਬ ਥਾਪੇ ਗਏ, ਇਸੇ ਤਰ੍ਹਾਂ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਔਰ ਭਾਈ ਹਰ ਸਿੰਘ ਜੀ। ਇੰਨੀਆਂ ਮਹਾਨ ਸਤਿਗੁਰੂ ਜੀ ਨੇ ਬਾਬਾ ਦੀਪ ਸਿੰਘ ਜੀ ਦੇ ਉੱਤੇ ਬਖਸ਼ਿਸ਼ਾਂ ਕੀਤੀਆਂ, ਜਿਨ੍ਹਾਂ ਨੂੰ ਆਪ ਜੀ ਨੇ ਪੰਥ ਦੀਆਂ ਵੱਡੀਆਂ ਸੇਵਾਵਾਂ ਦੇ ਵਿੱਚ ਆਪ ਸਤਿਗੁਰੂ ਕਲਗੀਧਰ ਪਾਤਸ਼ਾਹ ਸ਼ਾਮਿਲ ਕਰਦੇ ਰਹੇ। ਔਰ ਆਪ ਜੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੀ ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆ ਕੇ ਸਾਰੀ ਸੇਵਾ ਕਰਵਾਈ। ਦੁਨੀਆਂ ਵਿੱਚ ਇੰਜੀਨੀਅਰ ਸ਼ਬਦ ਅੱਜ ਪ੍ਰਵਿਰਤ ਹੋਇਆ, ਬਿਲਡਿੰਗਾਂ ਦੇ ਨਕਸ਼ੇ ਤਿਆਰ ਕਰਨੇ ਔਰ ਬਿਲਡਿੰਗਾਂ ਦੀ ਵਿਉਂਤਬੰਦੀ ਬਣਾਉਣੀ, ਪੁਰਾਣੇ ਸਮਿਆਂ ਤੋਂ ਆਦਿ ਕਾਲ ਤੋਂ ਕਾਰੀਗਰ ਲੋਕ ਬੜੀ ਸੂਝ ਸਿਆਣਪ ਦੇ ਨਾਲ ਇਹ ਕੰਮ ਕਰਿਆ ਕਰਦੇ ਸਨ। ਪ੍ਰਸਾਦ ਸਿੰਘ ਜੀ ਮਾਰੂ ਥਲ ਦੇ ਮਾਲਵੇ ਦੇ ਟਿੱਬਿਆਂ ਵਿੱਚ, ਜਿੱਥੇ ਪਹਾੜ ਰੇਤੇ ਦੇ ਚਾਰੇ ਪਾਸੇ ਨਜ਼ਰ ਆਉਂਦੇ, ਪਾਣੀ ਕਿਤੋਂ ਪੀਣ ਲਈ ਨਹੀਂ ਲੱਭਿਆ ਕਰਦਾ ਸੀ, ਔਰ ਗਰਮੀ ਦੀ ਰੁੱਤ ਵਿੱਚ ਅੰਤਾਂ ਦੀ ਜਿੱਥੇ ਗਰਮੀ ਪਿਆ ਕਰਦੀ, ਧੰਨ ਬਾਬਾ ਦੀਪ ਸਿੰਘ ਜੀ ਨੇ ਤਖ਼ਤ ਸਾਹਿਬ ਜੀ ਦਾ ਨਿਰਮਾਣ ਔਰ ਸੰਗਤਾਂ ਦੇ ਜਲ ਛਕਣ ਵਾਸਤੇ ਖੂਹ ਦਾ ਨਿਰਮਾਣ, ਔਰ ਅੱਜ ਵੀ ਬਾਬਾ ਜੀ ਦਾ ਉਹ ਭੋਰਾ ਸਾਹਿਬ ਜਿੱਥੇ ਉਹਨਾਂ ਨੇ ਬੈਠ ਕਰਕੇ ਅੰਮ੍ਰਿਤ ਵੇਲੇ ਤੋਂ ਪੰਜ ਬਾਣੀਆਂ, ਪੰਜ ਗ੍ਰੰਥੀ, ਦਸਮ ਪਿਤਾ ਜੀ ਦੀ ਬਾਣੀ, 10 ਗ੍ਰੰਥੀ ਦਾ ਪਾਠ ਔਰ 110 ਪਾਠ ਜਪਜੀ ਸਾਹਿਬ ਦੇ, ਔਰ ਮੂਲ ਮੰਤਰ ਦੇ ਰੋਜ਼ਾਨਾ 36 ਸਿਮਰਨੇ, 111 ਮਣਕਿਆਂ ਦੇ 36-36 ਸਿਮਰਨੇ, ਜਿਹਨੂੰ 36 ਮਾਲਾ ਆਪਾਂ ਕਹੀਆਂ ਜਾਂਦੀਆਂ ਹਨ। ਮੈਂ ਇਹ ਗੱਲ ਆਪਣੇ ਕੋਲੋਂ ਨਹੀਂ ਬੋਲਦਾ, ਅੱਜ ਵੀ ਤਖ਼ਤ ਸ੍ਰੀ ਦਮਦਮਾ ਸਾਹਿਬ ਜਾਓ ਨਾ ਤਾਂ ਬਾਬਾ ਜੀ ਦਾ ਸਰਬਲੋਹ ਦਾ ਸਿਮਰਨਾ ਅੱਜ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ। ਅੱਜ ਮਾਲਾ ਦਾ ਬੜਾ ਸਿਮਰਨ ਬਾਰੇ, ਬਾਣੀ ਬਾਰੇ, ਨਾਮ ਜਪਣ ਬਾਰੇ ਬੜਾ ਗਲਤ ਪ੍ਰਚਾਰ ਕੀਤਾ ਜਾ ਰਿਹਾ, ਮਾਲਾ ਦੇ ਬਾਰੇ ਵੀ ਬੜਾ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾਂਦਾ। ਖਾਲਸਾ ਜੀ ਦੇ ਮਾਲਾ ਦੀ ਗੱਲ ਕਰੋ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਿਮਰਨਾ ਅੱਜ ਵੀ, ਔਰ ਕੈਸੇ ਅਦਭੁਤ ਹੀਰਿਆਂ ਦਾ ਉਹ ਬਣਿਆ ਹੋਇਆ ਪ੍ਰਾਣੀਆਂ, ਉਹਨਾਂ ਸਮਿਆਂ ਦੀ ਕਿਸੇ ਉਹ ਸਾਧ ਸੰਗਤ ਜੀ, ਐਸੀ ਸੁੰਦਰ ਪੱਥਰ ਦੀਆਂ ਧਾਤੂਆਂ ਦਾ ਬਣਿਆ ਹੋਇਆ ਜਿਹੜਾ ਸਿਮਰਨਾ, ਅੱਜ ਵੀ ਤੁਸੀਂ ਮਾਉ ਸਾਹਿਬ ਜੀ ਦੀ ਪਾਵਨ ਧਰਤੀ ਤੇ
ਜੋ ਬਿਲਗਾ ਨਗਰ ਫਲੌਰ ਦੇ ਨੇੜੇ ਪ੍ਰਸਿੱਧ ਹੈ, ਜਿਸ ਨਗਰ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਨਕੇ ਹੈ, ਔਰ ਉੱਥੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਿਮਰਨ ਆਪਣੇ ਹਸਤ ਕਮਲਾਂ ਦਾ ਅੱਜ ਵੀ ਸੰਗਤਾਂ ਦਰਸ਼ਨ ਕਰਦੀਆਂ। ਜੇ ਮਾਲਾ ਦਾ ਵਿਰੋਧ ਹੁੰਦਾ, ਸਿਮਰਨੇ ਦਾ ਵਿਰੋਧ ਹੁੰਦਾ, ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਸਿਮਰਨਾ ਮਾਲਾ ਕਿਉਂ ਆਪਣੇ ਹਸਤ ਕਮਲਾਂ ਵਿੱਚ ਰੱਖਦੇ? ਔਰ ਧੰਨ ਬਾਬਾ ਦੀਪ ਸਿੰਘ ਜੀ ਦਾ ਸਰਬਲੋਹ ਦਾ ਸਿਮਰਨਾ, ਅੱਜ ਵੀ ਤਖ਼ਤ ਸ੍ਰੀ ਦਮਦਮਾ ਸਾਹਿਬ ਜਾ ਕੇ ਦਰਸ਼ਨ ਕਰੋ, ਉਹਨਾਂ ਦੇ ਕੜੇ ਦੇ ਦਰਸ਼ਨ ਕਰੋ, ਉਹਨਾਂ ਦੀ ਅਦਭੁਤ ਵਸਤੂਆਂ ਦੇ ਜਾ ਕੇ ਦਰਸ਼ਨ ਕਰੋ ਮੋਟੇ ਮੋਟੇ ਮਣ ਕੇ। ਔਰ ਸਾਧ ਸੰਗਤ ਜੀ, ਉਹ ਸਰਬਲੋਹ ਦਾ ਸਿਮਰਨਾ 111 ਮਣਕਿਆਂ ਦਾ ਦੋ ਵਾਰੀ, ਤਿੰਨ ਵਾਰੀ, ਚਾਰ ਵਾਰੀ ਪੂਰਾ ਹੋਣਾ, ਇਉਂ 36 ਮਾਲਾ ਮੂਲ ਮੰਤਰ ਦੀਆਂ ਉਹਨਾਂ ਨੇ, ਔਰ ਮੂਲ ਮੰਤਰ ਵੀ ਉਹਨਾਂ ਨੇ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਸੰਪੂਰਨ ਮੂਲ ਮੰਤਰ ਦਾ ਅਭਿਆਸ, ਔਰ ਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਹਨਾਂ ਨੇ ਆਪਣੇ ਪਵਿੱਤਰ ਹਸਤ ਕਮਲਾਂ ਨਾਲ ਲਿਖੇ, ਇੱਕ ਅਰਬੀ ਵਿੱਚ ਸਰੂਪ ਲਿਖਿਆ, ਦਸਮ ਸਰੂਪ ਦੀਆਂ ਬਾਣੀ ਦੀਆਂ ਪੋਥੀਆਂ ਉਹਨਾਂ ਨੇ ਆਪਣੇ ਹਸਤ ਕਮਲਾਂ ਦੁਆਰਾ ਲਿਖੀਆਂ। ਐਡੀ ਵੱਡੀ ਉਹਨਾਂ ਮਹਾਂਪੁਰਖਾਂ ਦੀ ਦੇਣ, ਔਰ ਉਹ ਭੋਰਾ ਸਾਹਿਬ ਦੇ ਵਿੱਚ ਐਡਾ ਵੱਡਾ ਜਪ ਤਪ ਉਹਨਾਂ ਨੇ ਕੀਤਾ, ਕੇਵਲ ਸੁੱਕੇ ਬੇਰ ਭੁੱਜੇ ਹੋਏ ਛੋਲੇ ਖਾ ਕੇ ਖੂਹ ਦਾ ਜਲ ਪੀ ਕੇ ਗੁਜ਼ਾਰਾ ਕਰਨਾ, ਔਰ ਲਗਾਤਾਰ ਗੁਰਬਾਣੀ ਦੀ ਸੇਵਾ ਵਿੱਚ, ਪੰਥ ਦੀ ਸੇਵਾ ਵਿੱਚ ਜੁੜੇ ਰਹਿਣਾ। ਔਰ ਅੱਜ ਵੀ ਉਹ ਭੋਰਾ ਸਾਹਿਬ ਦੇ ਤੁਸੀਂ ਦਰਸ਼ਨ ਕਰੋਗੇ ਨਾ, ਤਾਂ ਸਾਧ ਸੰਗਤ ਜੀ ਉੱਥੇ ਜਾ ਕੇ ਗਰਮੀ ਦੀ ਰੁੱਤ ਵਿੱਚ ਵੀ ਸ਼ਾਂਤ ਵਰਤ ਜਾਂਦਾ। ਗਰਮੀ ਵਿੱਚ ਆਪਾਂ ਏਸੀ ਤੋਂ ਬਿਨਾਂ ਨਹੀਂ ਰਹਿ ਸਕਦੇ, ਪਰ ਬਾਬਾ ਜੀ ਦੀ ਬਾ ਕਮਾਲ ਦੀ ਇਮਾਰਤ ਸਾਜੀ ਦਾ ਉਹਨਾਂ ਨੇ ਜੋ ਆਪ ਉੱਥੇ ਨਮੂਨਾ ਬਣਾਇਆ ਕਿ ਗਰਮੀ ਦੀ ਰੁੱਤ ਵਿੱਚ ਉਹ ਠੰਡਾ ਠਾਰ ਰਹੇ, ਔਰ ਸਰਦੀ ਵਿੱਚ ਨਿੱਗ ਸੰਗਤਾਂ ਨੂੰ ਪ੍ਰਾਪਤ ਹੋਏ, ਕਹਿਣ ਤੋਂ ਭਾਵ ਇਮਾਰਤ ਸਾਜੀ ਦਾ ਵੀ, ਬਾਬਾ ਜੀ ਦਾ ਬਾ ਕਮਾਲ ਉਹਨਾਂ ਦੀ ਦੂਰ ਅੰਦੇਸ਼ੀ ਦਾ, ਅੱਜ ਵੀ ਤੁਸੀਂ ਜਾ ਕੇ ਉਹਨਾਂ ਪ੍ਰਾਚੀਨ ਇਮਾਰਤਾਂ ਦੇ ਵਿੱਚੋਂ ਦਰਸ਼ਨ ਕਰ ਸਕਦੇ ਹੋ, ਜਿਹੜੇ ਅੱਜ ਦੇ ਇੰਜੀਨੀਅਰ ਵੀ ਉਹ ਐਸੀ ਖੋਜ ਕਰਕੇ ਐਸੀ ਤਕਨੀਕ ਨਾਲ ਇਮਾਰਤਾਂ ਨਹੀਂ ਬਣਾ ਸਕਦੇ ਜਿਹੜੀ ਬਾਬਾ ਜੀ ਨੇ ਉੱਥੇ ਸੇਵਾ ਕਰਾਈ ਹੈ। ਸੋ ਕਹਿਣ ਤੋਂ ਭਾਵ ਐਡੀਆਂ ਮਹਾਨ ਸੇਵਾਵਾਂ। ਫੇਰ ਸਾਧ ਸੰਗਤ ਜੀ, ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਇੱਥੋਂ ਤੱਕ ਤਰਨ ਤਾਰਨ ਸਾਹਿਬ ਤੋਂ ਇਸ਼ਨਾਨ ਕਰਕੇ ਸਰੋਵਰ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਤੁਰੇ, ਔਰ ਤਾਂ ਹੀ ਸਾਡੇ ਇਤਿਹਾਸ ਵਿੱਚ ਇਹ ਬੋਲ ਆਏ, ਕਰ ਅਰਦਾਸਾ ਸੀ ਸੁਦਾ ਸਰ ਹੇਤ ਕਰ ਦੇਵਾਂਗੇ ਹਮ ਜਾਏ, ਕਰ ਅਰਦਾਸਾ ਟੁਰ ਪਏ ਸਿੰਘ ਦੀ ਫਤਿਹ ਗਜਾਏ। ਹੇਤ ਦਾ ਅਰਥ ਹੁੰਦਾ ਅਤ ਹਿੱਤ, ਅਤ ਦਾ ਨੇਹ, ਅਤ ਦਾ ਪ੍ਰੇਮ, ਕਿਹਦੇ ਵਾਸਤੇ? ਅੰਮ੍ਰਿਤਸਰ ਸਾਹਿਬ ਵਾਸਤੇ, ਸਿੱਖ ਹਰਿਮੰਦਰ ਸਾਹਿਬ ਦੀ ਖਾਤਰ, ਅੰਮ੍ਰਿਤਸਰ ਸਾਹਿਬ ਦੀ ਖਾਤਰ ਆਪਣੀ ਜਾਨ ਵੀ ਲੇਖੇ ਲਾ ਦਿੰਦਾ, ਸਿੱਖ ਜਾਨ ਨਾਲੋਂ ਵੀ ਪਿਆਰਾ ਸਮਝਦਾ ਹਰਿਮੰਦਰ ਸਾਹਿਬ ਨੂੰ, ਅੰਮ੍ਰਿਤ ਸਰੋਵਰ ਨੂੰ। ਔਰ ਇਹ ਗੱਲ ਨੂੰ ਧੰਨ ਬਾਬਾ ਦੀਪ ਸਿੰਘ ਜੀ ਨੇ ਸਾਬਤ ਕਰਕੇ ਵਿਖਾਇਆ ਕਿ ਜਾਨ ਵੀ ਹਰਿਮੰਦਰ ਸਾਹਿਬ ਦੇ ਸਾਹਮਣੇ ਤੁੱਛ ਹੈ, ਇਹਦੀ ਵੀ ਕੋਈ, ਇਹ ਮਾਮੂਲੀ ਹੈ ਪਰ ਹਰਿਮੰਦਰ ਸਾਹਿਬ ਦੀ ਕੋਈ ਕੀਮਤ ਨਹੀਂ। ਔਰ ਆਪ ਜੀ ਅਰਦਾਸ ਕਰਕੇ ਤੁਰੇ ਔਰ ਇਸ ਅਸਥਾਨ ਤੇ ਆਏ।
ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਜਿਵੇਂ ਗਿਆਨੀ ਧਰਮਵੀਰ ਸਿੰਘ ਜੀ ਦੱਸ ਰਹੇ ਸਨ ਸਾਰਾ ਇਤਿਹਾਸ ਕੇਵਲ ਗ੍ਰੰਥਾਂ ਵਿੱਚ ਹੀ ਨਹੀਂ ਲਿਖਿਆ ਹੁੰਦਾ ਗੁਰਸਿੱਖਾਂ ਵਿੱਚ ਸੀਨਾ ਬਸੀਨਾ ਪਰੰਪਰਾ ਤੋਂ ਇਤਿਹਾਸ ਗੁਰਸਿੱਖਾਂ ਦੀ ਰਸਨਾ ਤੇ ਚੱਲਿਆ ਆਉਂਦਾ ਅੰਕਿਤ ਜ਼ਰੂਰ ਕਰਨਾ ਚਾਹੀਦਾ ਪਰ ਕਈ ਇਤਿਹਾਸਕ ਸਰੋਤ ਸੰਗਤਾਂ ਦੇ ਵਿੱਚ ਸਾਧ ਸੰਗਤ ਜੀ ਉਹ ਇੱਕ ਦੂਜੇ ਤੋਂ ਅੱਗੇ ਪਰੰਪਰਾ ਅਨੁਸਾਰ ਚੱਲਦਾ ਆ ਰਿਹਾ ਦੇਖੋ ਇਸ ਅਸਥਾਨ ਤੇ ਅੱਜ ਦੇ ਦਿਨ ਬਾਬਾ ਜੀ ਦੀ ਸ਼ਹਾਦਤ ਹੁੰਦੀ ਹੈ 28 ਮਾਘ ਨੂੰ 1757 ਈਸਵੀ ਵਿੱਚ ਤੇ ਸਾਧ ਸੰਗਤ ਜੀ ਜੋ ਇਸ ਅਸਥਾਨ ਦੀ ਪਰੰਪਰਾ ਨਾ ਉਹੀ ਸਾਡਾ ਇਤਿਹਾਸ ਹੈ ਪਰੰਪਰਾ ਤੋਂ ਅੱਗੇ ਇਤਿਹਾਸ ਬਣਦਾ ਵਿਦਵਾਨ ਕਹਿੰਦੇ ਹੈ ਇਤਿਹਾਸ ਪਰੰਪਰਾ ਨਾਲੋਂ ਕਦੇ ਉੱਤੇ ਨਹੀਂ ਹੋਇਆ ਕਰਦਾ ਪਰੰਪਰਾ ਪਹਿਲਾਂ ਹੁੰਦੀ ਹੈ ਇਤਿਹਾਸ ਉਸ ਤੋਂ ਬਾਅਦ ਬਣਦਾ ਇਸ ਕਰਕੇ ਇਹ ਸਾਡੀ ਪਰੰਪਰਾ ਸੀ ਉਦੋਂ ਤੋਂ ਲੈ ਕੇ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੋਂ ਲੈ ਕੇ 300 ਸਾਲ ਦੇ ਲਗਭਗ ਸਮਾਂ ਲੰਘਦਾ ਜਾ ਰਿਹਾ ਕਿ ਬਾਬਾ ਜੀ ਨੇ ਜੇ 28 ਮਾਘ ਨੂੰ ਇੱਥੇ ਸ਼ਹਾਦਤ ਦਿੱਤੀ ਤਾਂ 28 ਮਾਘ ਨੂੰ ਹੀ ਉਹਨਾਂ ਦਾ ਸ਼ਹੀਦੀ ਜੋੜ ਮੇਲਾ ਇੱਥੇ ਉਦੋਂ ਤੋਂ ਹੀ ਪ੍ਰਚਲਿਤ ਕੀਤਾ ਹੋਇਆ ਸੰਗਤਾਂ ਦਾ ਗੁਰਸਿੱਖਾਂ ਦਾ ਚੱਲਦਾ ਆ ਰਿਹਾ ਇਸ ਕਰਕੇ ਪਰੰਪਰਾ ਬੜੀ ਮਹਾਨ ਹੁੰਦੀ ਹੈ ਪਰੰਪਰਾ ਬਾਬਤ ਮੈਂ ਬਹੁਤੀ ਵਿਆਖਿਆ ਨਹੀਂ ਕਰਨੀ ਸਮਾਂ ਬਹੁਤ ਸੰਕੋਚਮਾ ਹੈ ਇਸ ਕਰਕੇ ਸਾਧ ਸੰਗਤ ਜੀ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਦੱਸਣ ਲੱਗੀਆਂ ਉੱਥੇ ਵੀ ਲੱਗਦੀਆਂ ਔਰ ਦੂਸਰਾ ਬਾਬਾ ਜੀ ਦਾ ਪਵਿੱਤਰ ਆਗਮਨ ਅਸਥਾਨ ਜਿਹਨੂੰ ਜਨਮ ਅਸਥਾਨ ਕਿਹਾ ਜਾਂਦਾ ਨਗਰ ਪਹੁ ਪਿੰਡ ਤੀਸਰਾ ਬਾਬਾ ਜੀ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਟਾਹਲਾ ਸਾਹਿਬ ਚੌਥਾ ਪ੍ਰਕਰਮਾ ਵਿੱਚ ਜਿੱਥੇ ਜਾ ਕੇ ਆਪਣਾ ਸੀਸ ਭੇਟਾ ਕੀਤਾ ਸ਼ਹੀਦ ਬੁੰਗਾ ਔਰ ਪੰਜਵਾਂ ਜਿੱਥੇ ਬਾਬਾ ਜੀ ਦੇ ਸੀਸ ਦਾ ਔਰ ਧੜ ਦਾ ਸੰਸਕਾਰ ਕੀਤਾ ਗੁਰਦੁਆਰਾ ਸਾਹਿਬ ਸ਼ਹੀਦਾਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਜੀ ਦੇ ਨਾਲ ਔਰ ਲੱਖਾਂ ਹੀ ਸੰਗਤਾਂ ਇੱਥੇ ਉਹਨਾਂ ਦੇ ਚਰਨਾਂ ਵਿੱਚ ਆ ਕੇ ਅਰਦਾਸਾਂ ਕਰਦੀਆਂ ਸਾਧ ਸੰਗਤ ਜੀ ਅੱਜ ਸਿਮਰਨ ਤੇ ਤਪ ਤੇ ਭਗਤੀ ਤੇ ਜਪ ਤੇ ਲੋਕ ਸ਼ੰਕਾ ਕਰਦੇ ਆ ਨਾ ਜੇ ਭਗਤੀ ਵਿੱਚੋਂ ਸ਼ਕਤੀ ਦਾ ਕ੍ਰਿਸ਼ਮਾ ਦੁਨੀਆਂ ਵਿੱਚ ਪ੍ਰਤੱਖ ਕਰਕੇ ਵਿਖਾਇਆ ਨਾ ਦੁਨੀਆਂ ਨੂੰ ਤਾਂ ਧੰਨ ਬਾਬਾ ਦੀਪ ਸਿੰਘ ਜੀ ਨੇ ਕਰਕੇ ਵਿਖਾਇਆ ਜਦੋਂ ਸੀਸ ਤਲੀ ਤੇ ਰੱਖ ਕੇ ਮੈਦਾਨੇ ਜੰਗ ਵਿੱਚ ਡੁੱਡੇ ਆ ਉਹ ਭਗਤੀ ਵਿੱਚੋਂ ਸ਼ਕਤੀ ਸੀ ਜਿਹੜੀ ਉਹਨਾਂ ਦੀ ਭਗਤੀ ਬੰਦਗੀ ਤਪੱਸਿਆ ਤਾਂ ਹੀ ਬਾਬਾ ਜੀ ਨੂੰ ਭਗਤੀ ਸ਼ਕਤੀ ਦਾ ਮਹਾਨ ਪ੍ਰੇਰਣਾ ਦਾ ਸਰੋਤ ਕਿਹਾ ਜਾਂਦਾ ਹੈ ਭਗਤੀ ਵਿੱਚੋਂ ਸ਼ਕਤੀ ਪੈਦਾ ਹੋਈ ਉਸ ਦਾ ਕ੍ਰਿਸ਼ਮਾ ਬਾਬਾ ਦੀਪ ਸਿੰਘ ਜੀ ਨੇ ਅੱਜ ਦੇ ਦਿਨ ਦੁਨੀਆਂ ਨੂੰ ਕਰਕੇ ਵਿਖਾਇਆ ਭਗਤੀ ਵਿੱਚੋਂ ਸ਼ਕਤੀ ਕਿਵੇਂ ਜਨਮ ਲੈਂਦੀ ਹੈ ਸੋ ਸਾਧ ਸੰਗਤ ਜੀ ਮੈਂ ਅੱਗੇ ਨਾ ਵਧਾਂ ਐਸੇ ਮਹਾਨ ਮਹਾਂਪੁਰਖ ਉਹਨਾਂ ਦੀ ਭਗਤੀ ਦੀ ਬਰਕਤ ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ ਉਹਨਾਂ ਦੀ ਭਗਤੀ ਦੀ ਸ਼ਕਤੀ ਉਹਨਾਂ ਦੀ ਸ਼ਹਾਦਤ ਦੀ ਬਰਕਤ ਸਮੁੱਚੇ ਪੰਥ ਨੂੰ ਅੱਜ ਇੰਨੀ ਸਾਧ ਸੰਗਤ ਦੀ ਬਲ ਪ੍ਰਦਾਨ ਕਰ ਰਹੀ ਹੈ ਇੰਨੀਆਂ ਬਰਕਤਾਂ ਵੰਡ ਰਹੀ ਹੈ ਕਿ ਉਹਨਾਂ ਦੀ ਭਗਤੀ ਦੀ ਸ਼ਕਤੀ ਸਾਰਾ ਪੰਥ ਅੱਜ ਵਰਤ ਰਿਹਾ ਔਰ ਉਹਨਾਂ ਦੀ ਭਗਤੀ ਸ਼ਕਤੀ ਦਾ ਪ੍ਰਤਾਪ ਦੁਨੀਆਂ ਦਾ ਹਰ ਮਨੁੱਖ ਜਦੋਂ ਇਸ ਅਸਥਾਨ ਤੇ ਆ ਕੇ ਕੋਈ ਵੀ ਦਾਤ ਮੰਗਦਾ
ਤਾਂ ਇਹ ਦਾਤ ਉਹਨਾਂ ਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦੀ ਹੈ ਔਰ ਉਹਨਾਂ ਦੀ ਭਗਤੀ ਦੀ ਸ਼ਕਤੀ ਦਾ ਜਲਬਾ ਉਹਨਾਂ ਦੀ ਉਹ ਜਥੇਬੰਦੀ ਜਿਸ ਜਥੇਬੰਦੀ ਦਾ ਉਹਨਾਂ ਨੂੰ ਪਹਿਲਾ ਮੁਖੀ ਮਹਾਂਪੁਰਖ ਧੰਨ ਬਾਬਾ ਦੀਪ ਸਿੰਘ ਜੀ ਨੂੰ ਬਣਾਇਆ ਕਲਗੀਆਂ ਵਾਲੇ ਸਤਿਗੁਰੂ ਨੇ ਉਹ ਭਗਤੀ ਦਾ ਪ੍ਰਤਾਪ ਉਹਨਾਂ ਦੀ ਕਰਨੀ ਦਾ ਕ੍ਰਿਸ਼ਮਾ ਦਮਦਮੀ ਟਕਸਾਲ ਵਿੱਚ ਉਦੋਂ ਤੋਂ ਲੈ ਕੇ ਅੱਜ ਤੱਕ ਨਿਰੰਤਰ ਜਾਰੀ ਹੈ ਔਰ ਤਰਨਾ ਦਲ ਜਥੇਬੰਦੀ ਦੇ ਅੰਦਰ ਉਹ ਕ੍ਰਿਸ਼ਮੇ ਅੱਜ ਵੀ ਉਹਨਾਂ ਦੇ ਜਾਰੀ ਹੈ ਉਹ ਭਗਤੀ ਸ਼ਕਤੀ ਦੇ ਸੋਮੇ ਉਹਨਾਂ ਦੇ ਉਵੇਂ ਚੱਲ ਰਹੇ ਹੈ ਔਰ ਉਹਨਾਂ ਦੀ ਭਗਤੀ ਦਾ ਪ੍ਰਤਾਪ ਧੰਨ ਬਾਬਾ ਗੁਰਬਖਸ਼ ਸਿੰਘ ਜੀ ਨੇ ਅਕਾਲ ਤਖ਼ਤ ਸਾਹਿਬ ਜੀ ਦੀ ਰੱਖਿਆ ਲਈ ਕੇਵਲ ਧਨ ਨਾਲ ਸੀ ਇਸ ਤੋਂ ਬਿਨਾਂ 30 ਸਿੰਘਾਂ ਨਾਲ ਮੈਦਾਨੇ ਜੰਗ ਵਿੱਚ ਹਰਿਮੰਦਰ ਸਾਹਿਬ ਦੀ ਰੱਖਿਆ ਲਈ ਸ਼ਹਾਦਤਾਂ ਦਿੱਤੀਆਂ ਫਿਰ ਉਹਨਾਂ ਮਹਾਂਪੁਰਖਾਂ ਦੀ ਥਾਂ ਤੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ 6 ਜੂਨ 1984 ਵਿੱਚ ਲੱਖਾਂ ਦੀ ਫੌਜ ਦੇ ਘੇਰੇ ਵਿੱਚ ਜਿਵੇਂ 1757 ਵਿੱਚ ਘੇਰਾ ਸੀ ਨਾ ਮੀਲਾਂ ਦਾ ਔਰ ਸਾਧ ਸਿੰਘ ਜੀ ਉਵੇਂ ਪੰਜਾਬ ਵਿੱਚ ਵੀ ਸਾਰਾ ਪੰਜਾਬ ਸੀਲਬੰਦ ਕੀਤਾ ਹੋਇਆ ਸੀ ਔਰ ਆਲੇ ਦੁਆਲੇ ਮੀਲਾਂ ਦੇ ਵਿੱਚ ਹੀ ਸਮੇਂ ਦੀ ਜ਼ਾਲਮ ਹਕੂਮਤ ਦੀ ਮਿਲਟਰੀ ਜਿਹੜੀ ਘੇਰਾ ਘੱਤ ਕੇ ਬੈਠੀ ਹੋਈ ਸੀ ਪਰ ਧੰਨ ਬਾਬਾ ਦੀਪ ਸਿੰਘ ਜੀ ਦੀ ਬਰਕਤ ਉਹਨਾਂ ਦੀ ਸ਼ਕਤੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਅਪਾਰ ਰਹਿਮਤ ਉਹਨਾਂ ਮਹਾਂਪੁਰਖਾਂ ਨੇ ਧੰਨ ਬਾਬਾ ਦੀਪ ਸਿੰਘ ਜੀ ਦੀ ਬਰਕਤ ਦੇ ਵਿੱਚੋਂ ਲੱਖਾਂ ਜ਼ਾਲਮਾਂ ਦੀਆਂ ਫੌਜਾਂ ਨਾਲ ਜੂਝਦਿਆਂ ਹੋਇਆਂ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 6 ਜੂਨ ਨੂੰ ਮਹਾਨ ਜਿਹੜੀ ਸ਼ਹਾਦਤ ਦਿੱਤੀ ਉਹ ਵੀ ਕਿਰਪਾ ਧੰਨ ਬਾਬਾ ਦੀਪ ਸਿੰਘ ਜੀ ਦੀ ਕਮਾਈ ਦਾ ਕ੍ਰਿਸ਼ਮਾ ਸੀ ਸੋ ਸਾਧ ਸੰਗਤ ਜੀ ਇਹ ਉਹਨਾਂ ਮਹਾਂਪੁਰਖਾਂ ਦੀਆਂ ਕਰਨੀਆਂ ਜਿਨ੍ਹਾਂ ਦੀ ਕਰਨੀ ਦਾ ਫਲ ਸਾਰਾ ਸੰਸਾਰ ਅੱਜ ਹਰ ਧਰਮ ਦੇ ਲੋਕ ਸ਼ਹੀਦਾਂ ਅਸਥਾਨ ਤੇ ਜਨਮ ਅਸਥਾਨ ਆਗਮਨ ਅਸਥਾਨ ਤੇ ਗੁਰਦੁਆਰਾ ਟਾਹਲਾ ਸਾਹਿਬ ਵਿਖੇ ਆ ਕੇ ਸੰਗਤਾਂ ਪ੍ਰਾਪਤ ਕਰ ਰਹੀਆਂ ਹਨ ਆਪਾਂ ਸਾਰੇ ਵੱਡਿਆਂ ਭਾਗਾਂ ਵਾਲੇ ਹਾਂ ਮੈਂ ਮਹਾਂਪੁਰਖ ਬਹੁਤ ਹੀ ਸਨਮਾਨਯੋਗ ਜਥੇਦਾਰ ਬਾਬਾ ਦਰਸ਼ਨ ਸਿੰਘ ਜੀ ਟਾਹਲਾ ਸਾਹਿਬ ਜਿਨ੍ਹਾਂ ਨੇ ਦਮਦਮੀ ਟਕਸਾਲ ਦੇ ਮਹਾਨ ਵਿਦਿਆਰਥੀ ਬਾਬਾ ਸੋਹਣ ਸਿੰਘ ਜੀ ਜਿਨ੍ਹਾਂ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਬਾਬਾ ਬੰਦਾ ਘਾਟ ਸਾਹਿਬ ਜੀ ਦੇ ਅਸਥਾਨ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀਆਂ ਸੰਗਤਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਆਦਿ ਬਾਣੀ ਤੇ ਦਸਮ ਬਾਣੀ ਦਾ ਸ਼ੁੱਧ ਪਾਠ ਕਰਾਇਆ ਗੱਤਕੇ ਦੀ ਵਿਦਿਆ ਸ਼ਸਤਰ ਵਿਦਿਆ ਦੀ ਉਹਨਾਂ ਨੇ ਦਾਤ ਬਖਸ਼ੀ ਔਰ ਉਹਨਾਂ ਕੋਲੋਂ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਹੈੱਡ ਪੁਜਾਰੀ ਜਿਨ੍ਹਾਂ ਨੂੰ ਮੁੱਖ ਜਥੇਦਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਕਿਹਾ ਜਾਂਦਾ ਉਹਨਾਂ ਨੇ ਵੀ ਉਹਨਾਂ ਕੋਲੋਂ ਆਦਿ ਦਸਮ ਬਾਣੀ ਦੀ ਸੰਥਿਆ ਦਾ ਗਿਆਨ ਪ੍ਰਾਪਤ ਕੀਤਾ ਔਰ ਉਹਨਾਂ ਦੇ ਕੋਲੇ ਲੰਮਾ ਸਮਾਂ ਰਹਿ ਕੇ ਬਾਬਾ ਦਰਸ਼ਨ ਸਿੰਘ ਜੀ ਨੇ ਆਦਿ ਬਾਣੀ ਦਸਮ ਬਾਣੀ ਦਾ ਅਭਿਆਸ ਕੀਤਾ ਔਰ ਇਸ ਅਸਥਾਨ ਤੇ ਜਦੋਂ ਉਹਨਾਂ ਦੀ ਸੇਵਾ ਲੱਗੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਸਾਧ ਸੰਗਤ ਜੀ ਲੰਗਰਾਂ ਦੀ ਸੇਵਾ ਬਾਬਾ ਜੀ ਦੇ ਸ਼ਹੀਦੀ ਅਸਥਾਨ ਦੀ ਬਾ ਕਮਾਲ ਸੇਵਾ ਇੱਕ ਨਮੂਨਾ ਸਾਡੇ ਲਈ ਇੱਕ ਚਾਨਣ ਮੁਨਾਰਾ ਕਿੰਨੀ ਰੀਝ ਨਾਲ ਕਿੰਨੀ ਤਨਦੇਹੀ ਦੇ ਨਾਲ ਬਾਬਾ ਜੀ ਸੇਵਾ ਕਰਾ ਰਹੇ ਹੈ ਉਹ ਸੇਵਾ ਵੀ ਆਪਣੀ ਮਿਸਾਲ ਆਪ ਬਣੇਗੀ ਔਰ ਸੁਨਹਿਰੀ ਖੰਡੇ ਵਾਲਾ ਨਿਸ਼ਾਨ ਸਾਹਿਬ ਪਿਛਲੇ ਦਿਨੀ
ਬਾਬਾ ਜੀ ਦੀ ਯਾਦ ਵਿੱਚ ਝੁਲਾਇਆ ਗਿਆ ਇਸ ਅਸਥਾਨ ਤੇ। ਇਸ ਕਰਕੇ ਬਾਬਾ ਦਰਸ਼ਨ ਸਿੰਘ ਜੀ ਬਾਬਾ ਜੀ ਦੇ ਅਸਥਾਨ ਤੇ ਬਹੁਤ ਵੱਡੀਆਂ ਮੁੱਖ ਪ੍ਰਬੰਧਕ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਹੈ। ਔਰ ਦਮਦਮੀ ਟਕਸਾਲ ਵਿੱਚੋਂ ਵਿਦਿਆ ਪ੍ਰਾਪਤ ਕੀਤੀ, ਅੱਗੇ ਸਿੰਘਾਂ ਨੂੰ ਆਦਿ ਦਸਮ ਬਾਣੀ ਦੀ ਵੀ ਸੰਥਿਆ, ਆਪ ਵੀ ਨਿਤਨੇਮੀ, ਆਪ ਵੀ ਹੱਥੀ ਸੇਵਾ, ਸੰਗਤਾਂ ਦਾ ਸਨਮਾਨ ਕਰਨਾ, ਔਰ ਸਾਰੀ ਜਥੇਬੰਦੀ ਦਮਦਮੀ ਟਕਸਾਲ ਅਤੇ ਮਹਾਂਪੁਰਖ ਸੰਤ ਸਮਾਜ, ਅਸੀਂ ਬਾਬਾ ਜੀ ਦੇ ਨਾਲ ਸਦਾ ਵਾਸਤੇ ਹਰ ਸਮੇਂ ਤਤਪਰ ਰਹਿ ਕੇ ਹਰ ਤਰ੍ਹਾਂ ਦਾ ਸਹਿਯੋਗ, ਜੋ ਵੀ ਬਾਬਾ ਜੀ ਆਗਿਆ ਕਰਦੇ ਹੈ, ਸਾਰੀ ਜਥੇਬੰਦੀ ਬਾਬਾ ਜੀ ਦੇ ਨਾਲ ਹੈ। ਕਿਉਂਕਿ ਇਹ ਸਾਡੇ ਪਹਿਲੇ ਮੁਖੀਆਂ ਦਾ ਪਾਵਨ ਪਵਿੱਤਰ ਸ਼ਹੀਦੀ ਅਸਥਾਨ ਹੈ ਤੇ ਜਿਹੜੇ ਮਹਾਂਪੁਰਖ ਇੱਥੇ ਸੇਵਾ ਕਰ ਰਹੇ ਹੈ ਉਹਨਾਂ ਦਾ ਸਤਿਕਾਰ ਕਰਨਾ ਵੀ ਸਾਡਾ ਸਭ ਤੋਂ ਵੱਡਾ ਫਰਜ਼ ਹੈ। ਸੋ ਬਾਬਾ ਜੀ ਦੀ ਬਹੁਤ ਵੱਡੀ ਇਹ ਘਾਲਣਾ, ਮਹਾਰਾਜ ਸਾਹਿਬ ਅੱਗੇ ਸੰਗਤਾਂ ਅਰਦਾਸ ਕਰੋ ਕਿ ਬਾਬਾ ਜੀ ਇਸੇ ਤਰ੍ਹਾਂ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੀ ਰਾਤ ਦਿਨ ਸੇਵਾ ਕਰਦੇ ਰਹਿਣ, ਔਰ ਸੰਗਤਾਂ ਦੀ ਖੁਸ਼ੀ ਇਹਨਾਂ ਨੂੰ ਪ੍ਰਾਪਤ ਹੋਵੇ, ਬਾਬਾ ਜੀ ਦੀਆਂ ਬਖਸ਼ਿਸ਼ਾਂ ਇਹਨਾਂ ਨੂੰ ਪ੍ਰਾਪਤ ਹੋਣ। ਸੋ ਜਿੰਨੀਆਂ ਵੀ ਸੰਗਤਾਂ ਦੁਨੀਆਂ ਭਰ ਦੇ ਵਿੱਚੋਂ ਅੱਜ ਬਾਬਾ ਜੀ ਦੇ ਸ਼ਹੀਦੀ ਜੋੜ ਮੇਲੇ ਤੇ ਪਹੁੰਚੀਆਂ, ਮੈਂ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ, ਸਾਰੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ। ਆਏ ਹੋਏ ਸਿੰਘ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਜੀ, ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ, ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ, ਸੰਤ ਬਾਬਾ ਗੁਰਨਾਮ ਸਿੰਘ ਜੀ ਭਾਈ ਕੀ ਡਰੌਲੀ ਵਾਲੇ, ਸੰਤ ਬਾਬਾ ਸੁੱਖਾ ਸਿੰਘ ਜੀ ਭੂਰੀ ਵਾਲੇ, ਸੰਤ ਬਾਬਾ ਗੁਰਭੇਟ ਸਿੰਘ ਜੀ ਖਡਾਲੇ ਵਾਲੇ, ਹੋਰ ਜਿੰਨੇ ਵੀ ਮਹਾਂਪੁਰਖ, ਮੈਂ ਸਭ ਦਾ ਹੀ ਹਾਰਦਿਕ ਤੌਰ ਤੇ ਬਹੁਤ ਬਹੁਤ ਧੰਨਵਾਦ ਕਰਦਾ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।